ਬੀਤੇ ਦਿਨੀ ਜੋ ਪਿੰਡ ਤੇਂਗ ਵਿਖੇ ਇੱਕ ਨਾਬਾਲਿਗ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਅੱਜ ਫਿਲੌਰ DSP ਦਫ਼ਤਰ ਵਿਖੇ ਸਮੂਹ ਪਿੰਡ ਦੇ ਤੇਂਗ ਨਿਵਾਸੀ ਪੁੱਜੇ। ਅਮਰਜੀਤ ਸਿੰਘ ਅਤੇ ਉਸਦੇ ਪੁੱਤਰ ਦੇ ਹੱਕ ਵਿੱਚ ਇੱਕ ਮੰਗ ਪੱਤਰ DSP ਨਾ ਹੋਣ ਕਰਕੇ ਦਫ਼ਤਰ ਵਿੱਚ ਤੈਨਾਤ ਥਾਣੇਦਾਰ ਗੁਰਦੇਵ ਸਿੰਘ ਨੂੰ ਦਿੱਤਾ ਅਤੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਜੋ ਰੇਪ ਦਾ ਦੋਸ਼ ਲਾਇਆ ਗਿਆ ਹੈ ਉਹ ਝੂਠਾ ਹੈ। ਫਿਲੌਰ ਤੋਂ ਰਾਜਕੁਮਾਰ ਨੰਗਲ। ਹਾਂਜੀ ਸੁਨੀਤਾ ਜੀ ਤੇਂਗ ਤੋਂ ਬੋਲਦੇ। ਹਾਂਜੀ ਅਤੇ ਆਪਣੇ ਜਦੋਂ ਜੀ ਕੁੜੀ ਘਰੋਂ ਗਈ ਸਾਡਾ ਮੁੰਡਾ ਦੇ ਘਰੇ ਬੈਠਾ ਹੋਇਆ ਸੀ ਸਾਨੂੰ ਅਤੇ ਮੇਰੇ ਮੁੰਡੇ ਦਾ ਬਾਹਰਲਾ ਬੰਦਾ ਸੀ ਮੁੰਡਾ ਮੇਰਾ ਬਾਹਰ ਨੂੰ ਜਾ ਰਿਹਾ ਸੀ ਇਹਨਾਂ ਝੂਠੇ ਗੇਸ 'ਚ ਫਸਾ ਦਿੱਤਾ ਜੀ ਇਹਨਾਂ ਨੇ ਅਤੇ ਮਤਲਬ ਕਿ ਕੁੜੀ ਮਤਲਬ ਕਹਿੰਦੀ ਮੇਰਾ ਵੀ ਪੇ ਮੇਰਾ ਮਤਲਬ ਆ ਪੇ ਆ ਉਹਦੇ ਵਿਆਹ ਕਰਦਾ ਸੀਗਾ ਇਸ ਕਰਕੇ ਮੈਂ ਘਰੋਂ ਭੱਜ ਗਈ ਅਤੇ ਮੁੰਡਾ ਮੇਰਾ ਤਾਂ ਬਾਹਰ ਨੂੰ ਜਾ ਰਿਹਾ ਸੀ ਇਸ ਕਰਕੇ ਗਲਤ ਇਲਜ਼ਾਮ ਲਾਇਆ ਉਹਦੇ 'ਤੇ। ਕੀ ਕਹਿਣਾ ਚਾਹੁੰਦੇ ਹੁਣ? ਹੁਣ ਵੀ ਉਹਦੇ ਮੁੰਡੇ ਸਾਡੇ ਦੀ ਨਜਾਇਜ਼ ਫਸਾਇਆ ਇਹਨੂੰ ਬਾਹਰ ਕੱਢੋ। ਅਮਰਜੀਤ ਜਿਹੜਾ ਅਮਰਜੀਤ ਅੰਬੇ ਦੇ ਇਲਜ਼ਾਮ ਲੱਗ ਰਹੇ ਹੋ? ਹਾਂਜੀ ਅੰਬੇ ਚਾਚੇ ਦੇ ਝੂਠਾ ਇਲਜ਼ਾਮ ਲਾ ਰਹੇ ਰਮੀਤ ਦੇ ਅੰਬੇ ਚਾਚੇ। ਇਹ ਗਲਤ ਫੈਸਲਾ ਜੀ। ਮੇਰਾ ਨਾਮ ਪ੍ਰੇਮ ਬਹਾਦਰ ਆ, ਮੈਂ ਇੱਕ ਸਰਪੰਚ ਆ ਪਿੰਡ ਤੇਂਗ ਤੋਂ। ਅਸੀਂ ਸਾਰੇ ਪਿੰਡ ਨਿਵਾਸੀ ਅਮਰਜੀਤ ਅੰਬੇ ਦੇ ਹੱਕ ਵਿੱਚ ਆਏ ਹਾਂ। ਇਹ ਜਿਹੜਾ ਬਲਾਤਕਾਰ ਦਾ ਕੇਸਕਾਰ ਹੈ ਕਹਿ ਰਹੇ ਆ ਇੱਦਾਂ ਦਾ ਕੋਈ ਗੱਲ ਨਹੀਂ, ਨਾ ਅਮਰਜੀਤ ਦਾ ਨਾ ਰਵਨੀਤ ਦਾ ਕੋਈ ਇਹਦੇ ਵਿੱਚ ਕੋਈ ਰੋਲ ਨੀਗਾ। ਇਹ ਜਿਹੜਾ ਸਾਰਾ ਸਿਆਸਤ ਕਰਕੇ ਕਰ ਰਹੇ ਆ ਲੋਕ, ਇਹਨਾਂ ਨੂੰ ਬਦਨਾਮ ਕਰ ਰਹੇ ਆ, ਇੱਦਾਂ ਦੀ ਕੋਈ ਗੱਲਬਾਤ ਨਹੀਂ ਗੀ। ਅਤੇ ਬਾਕੀ ਅਸੀਂ ਸਾਰਾ ਪਿੰਡ ਸਮੂਹ ਸਾਰਾ ਅਮਰਜੀਤ ਅੰਬੇ ਅਤੇ ਰਵਨੀਤ ਦੇ ਨਾਲ ਆ, ਜਿੱਥੇ ਤੱਕ ਜਾਣਾ ਪਊ ਸਾਨੂੰ ਜਾਵਾਂਗੇ। ਪਰ ਜੋ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਆ ਉਹਨਾਂ ਦੇ ਜੱਜਮੈਂਟ ਦੇ ਹਿਸਾਬ ਨਾਲ, ਜੱਜ ਦੇ ਹਿਸਾਬ ਨਾਲ ਹੋਣੀ ਚਾਹੀਦੀ ਆ, ਨਾ ਕਿ ਇਹਨਾਂ ਨੂੰ ਧਰਨੇ ਦੇਣੇ ਚਾਹੀਦੇ ਆ। ਇਹ ਦੋ ਚਾਰ ਜਾਣੇ ਇਕੱਠੇ ਹੋ ਗਏ ਜਦੋਂ ਮਰਜ਼ੀ ਧਰਨੇ ਦੇਣੇ ਸ਼ੁਰੂ ਕਰ ਦਿੰਦੇ ਆ। ਜੋ ਜੱਜਮੈਂਟ ਜਾਂ DSP ਸਾਹਿਬ ਸਾਨੂੰ ਹੁਕਮ ਦੇਣਗੇ ਜਾਂ SDM ਸਾਹਿਬ ਸਾਨੂੰ ਹੁਕਮ ਦੇਣਗੇ ਉਹ ਅਮਰਜੀਤ ਅੰਬਾ ਅਤੇ ਰਵਨੀਤ ਉਹਨਾਂ ਨੂੰ ਕਬੂਲ ਹੋਣਗੇ, ਪਰ ਜਿਹੜੇ ਧਰਨੇ ਆ ਇਹ ਗਲਤ ਦੇ ਰਹੇ ਆ, ਇਹ ਨਿੰਦਣਯੋਗ ਆ ਜੀ।